ਨਹੀਂ 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 আর ਮੈਂ ਅਗਰ ਹੀ ਤੁਹਾਨੂੰ ਕਿਹਾ ਵੀ ਨਾ ਨਹੀਂ ਯਾਰ ਮੈਂ ਆਪਣੀ ਬੇਗਮ ਤੋਂ ਬਗੈਰ ਨਹੀਂ ਜਾ ਸਕਦਾ ਯਾਰ ਯਾਰ ਉਹ ਵਿਚਾਰੀ ਕੱਲੀ ਹੁੰਦੀ ਘਰ ਦਾ ਦੇਲੋ ਦਾਸ ਹੋ ਜਾਂਦਾ ਵਾ ਮੇਰਾ ਨਹੀਂ ਦੇਲ ਉਹਦੇ ਬਗੈਰ ਲੱਗਦਾ ਮੈਂ ਨਹੀਂ ਯਾਰ ਜਾਣਾ ਤੁਸੀਂ ਜਾਓ ਲੌਰ ਜਾਓ ਓਏ ਆਓ ਦੋ ਦਿਨ ਦੀ ਗੱਲ ਫੇਰ ਕੀ ਹੋ ਗਿਆ ਮੈਂ ਤੁਸੀਂ ਜਾਓ ਯਾਰ ਘਰ ਇੰਨੇ ਕੰਮ ਹੁੰਦੇ ਨੇ ਬੱਚਿਆਂ ਨੂੰ ਲਿਆਣਾ ਲੈ ਕੇ ਜਾਣਾ ਵਿਚਾਰੀ ਥੱਕ ਜਾਂਦੀ ਏ ਫਿਰ ਥੋੜਾ ਜਿਹਾ ਟਾਈਮ ਤੇ ਹੁੰਦਾ ਉਹਨੇ ਮੇਰੇ ਨਾਲ ਦਫ਼ਤਰੋਂ ਬਾਅਦ ਐਕਸਪੈਂਡ ਕਰਨਾ ਹੁੰਦਾ ਮੈਂ ਨਾ ਆਵਾਂਗਾ ਤੇ ਬੋਰ ਹੋ ਜਾਏਗੀ ਵਿਚਾਰੀ ਉਦਾਸ ਹੋ ਜਾਏਗੀ ਮੈਂ ਆਪਣੀ ਬੇਗਮ ਤੋਂ ਬਿਨਾਂ ਨਹੀਂ ਜਾ ਸਕਦਾ ਹਾਂ ਤੁਸੀਂ ਵੀ ਬੇਗਮ ਨੂੰ ਲੈ ਜਾਂਦੇ ਨਾ ਉਹਨੂੰ ਕੱਲ੍ਹਿਆ ਤੁਸੀਂ ਪ੍ਰੋਗਰਾਮ ਬਣਾ ਲਿਆ ਮੈਂ ਨਹੀਂ ਮੈਂ ਆਪਣੀ ਬੇਗਮ ਨਾਰਾਜ਼ ਨਹੀਂ ਕਰਨਾ ਮੈਂ ਉਹਨੂੰ ਬਹੁਤ ਪਿਆਰ ਕਰਦਾ ਬੜੀ ਮੁਹੱਬਤ ਆ ਮੈਨੂੰ ਉਹਦੇ ਬਿਨਾਂ ਮੇਰਾ ਕੁਝ ਨਹੀਂ ਮੈਂ ਉਹਨੂੰ ਲੈ ਕੇ ਲੋਰ ਛੁੱਟੀ ਦਿਨ ਟੁਰ ਜਾਣਾ ਮੈਂ ਨਹੀਂ 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 ਤੁਸੀਂ ਜੋ ਸ਼ੀਰੀ ਮੈਂ ਨਹੀਂ ਨਹੀਂ ਸ਼ੀਰੀ ਇਹ ਅਰਦੁਜੀਵਲ ਮੈਂ ਨਹੀਂ ਆਪਣੇ ਬੇਗੰਦੋ ਨੂੰ ਘਰ ਜਾਣਾ ਕਿਆ ਦਿੱਤਾ ਮੈਂ ਨਹੀਂ ਜਾਣਾ ਸ਼ੀਰੀ ਸ਼ੀਰੀ ਸਾਹਿਬ ਸ਼ੀਰੀ ਕੀ ਹੋਇਆ ਤੁਹਾਨੂੰ ਤੁਸੀਂ ਕੀ ਜਾ ਰਹੇ ਕਿਤੇ ਨਾ ਗੱਲਾਂ ਕਰ ਰਹੀ ਹੂੰ ਤੇਰੇ ਨੂੰ ਜਾਦੇ ਮੇਰੇ ਹੋਂ ਰਾਯਾ ਦੋ ਤੇਰੇ ਨਹੀਂ ਹੂੰ ਵਾਸ਼ਰੂਮ ਚ ਨਿਕਲ ਕੇ ਆਈ ਹਾਂ ਤੁਸੀਂ ਕੀ ਕਿਤੇ ਨਾ ਲੱਗੇ ਉਏ ਇਹਨੇ ਕਮਰੇ ਜਿੱਥੇ ਗਾਉਣਾ ਕਿਦਾਂ ਮੈਂ ਕਿਦਾਂ ਗੱਲ ਕਰਨੀ ਯਾਰ ਹਾਏ ਸਿਮਨ ਮੈਂ ਨਾ ਪਿਆਰ ਕਰਦੀ ਹਾਂ ਯਾਰ ਇਹ ਪੁੱਛਣ ਵਾਲੀ ਗੱਲ ਹੈ ਵੈਸੇ ਇੰਨਾ ਅਰਸਾ ਹੋ ਗਿਆ ਤੈਨੂੰ ਐ ਵੀ ਨਹੀਂ ਪਤਾ ਲੱਗਾ ਕਿ ਮੈਂ ਤੇਰਾ ਪਿਆਰ ਕਰਨਾ ਮੈਂ ਵੀ ਤੁਹਾਡੇ ਨਾਲ ਬੜਾ ਪਿਆਰ ਕਰਦੀ ਹਾਂ ਮੈਂ ਝੂਠ ਨਹੀਂ ਕਰਨਾ ਚਾਹਦੀ ਜਿਹੜਾ ਜ਼ਰੂਰ ਪਤਾ ਹੈ ਮੈਨੂੰ ਪਤਾ ਹੈ ਕਿ ਤੜਾ ਕਿੰਨਾ ਦਿਲ ਕਰ ਰਿਹਾ ਲੋਰ ਜਾਨ ਤੇ ਤੈਨੂੰ ਕਿਹਨੇ ਕਿਹਾ ਛੱਡ ਦਿਓ ਇਸ ਗੱਲ ਨੂੰ ਨਹੀਂ ਨਹੀਂ ਬੱਸ ਮੈਨੂੰ ਦੱਸ ਕਰ ਰਿਹਾ ਨਾ ਤੈਨੂੰ ਕਰ ਰਿਹਾ ਨਾ ਮਾਓ ਲੇਕਿਨ ਤੂੰ ਇਹ ਦੱਸ ਪਹਿਲੇ ਤੈਨੂੰ ਦੱਸਿਆ ਕਿੰਨੇ ਆ ਤੜਦੇ ਹੋ ਇਸ ਗੱਲ ਨੂੰ ਦੱਸਿਆ ਕਿੰਨੇ ਆ ਮੈਂ ਤੁਹਾਡੀ ਬੀਣੀ ਆ ਮੈਂ ਤੁਹਾਡਾ ਜ਼ੇਨ ਤੁਹਾਡਾ ਦਿਨ ਤੁਹਾਡੇ ਅਸਾ ਸਾਥ ਮੈਂ ਸਮਝਨੀ ਆ ਮੈਨੂੰ ਮਹਿਸੂਸ ਹੋਇਆ ਦਿਲ ਕਰ ਰਿਹਾ ਨਾ ਤੁਹਾਡਾ ਸਾਹ ਇਹ ਆਂ ਜੀ ਨਿਸ਼ਾਨੀ ਪਿਆਰ ਦੀ ਕਸਮ ਇਹ ਕਹਿੰਦੇ ਨੇ ਅਗਲੇ ਦੇ ਦਿਲ ਚ ਗੱਲ ਹੁੰਦੀ ਏ ਤੇ ਅਗਲਾ ਸਮਝ ਜਾਂਦਾ ਵਾ ਲੇਕਿਨ ਨਹੀਂ ਨਾ ਤੂੰ ਕਹ ਲੈ ਮੈਨੂੰ ਦੱਸ ਤੈਨੂੰ ਕਿ ਸਮਝ ਦਿਲ ਕਿ ਤੈਨੂੰ ਦੱਸਿਆ ਕਿੰਨੇ ਤੈਨੂੰ ਕਿਵੇਂ ਪਤਾ ਲੱਗਾ ਤੂੰ ਸਹੀ ਸੀ ਦਰਦ ਨੂੰ ਕਸਮ ਆ ਸਹੀ ਦਰਦ ਬਾਰੇ ਦਿਲ ਨੂੰ ਸ਼ੀਰੀ ਤੁਸੀਂ ਗੱਲਾਂ ਕਰ ਰਹੇ ਸੀ ਪਰ ਲਾਉਂ ਮੈਂ ਕਿਸੇ ਨਾਲ ਵੀ ਨਹੀਂ ਕੀਤੀ ਆ ਯਾਨ ਮੈਂ ਸੁਪਤਾ ਵੇ ਆ ਮੈਂ ਮੈਂ ਕਿਸੇ ਨੂੰ ਵੀ ਨਹੀਂ ਕਿਹਾ ਤੈਨੂੰ ਕਿਵੇਂ ਪਤਾ ਵਾ ਨੀਂਦ ਦੇ ਚ ਸਟੇਟਿਸ ਬੋਲ ਰਹੇ ਕਿਤੇ ਨੀਂਦ ਦੇ ਚ ਮੈਂ ਕਿਥੋਂ ਬੋਲਣਾ ਨੀਂਦ ਦੇ ਤੈਨੂੰ ਪਤਾ ਕਿਥੋਂ ਲੱਗਾ ਨਹੀਂ ਮੈਨੂੰ ਪਤਾ ਲੱਗ ਗਿਆ ਸਾਡੇ ਤੀਲ ਖੈ ਰਿਹਾ ਲੋਰ ਜਾਣਦੇ ਵਰਤੇ ਰਿਹਾ ਵਾ ਤੁਸੀਂ ਇੰਨਾ ਸਾਡੇ ਵਾਸਤੇ ਮਿਹਨਤ ਕਰਦੇ ਹੋ ਦਿਨ ਰਾਤ ਤੁਸੀਂ ਘੋੜਿਆਂ ਤਰ੍ਹਾਂ ਕੰਮ ਕਰਦੇ ਹੋ ਦਿਨ ਰਾਤ ਤੁਸੀਂ ਐਨੀ ਤੁਸੀਂ ਸਾਡੇ ਨਾਲ ਪਿਆਰ ਕਰਦੇ ਮੇਰੀ ਤਾਰੀਫ ਕਰਨੀ ਘੋੜਾ ਕਹਿ ਕੇ ਮੈਨੂੰ ਬਤਰੀਫ ਹੀ ਕਰਦੀ ਘੋੜਾ ਕਹਿ ਕੇ ਸ਼ੁਕਰ ਕਰੋ ਘੋੜੇ ਕਿਹਾ ਖਚਰ ਨਹੀਂ ਗਿਆ ਤੁਹਾਨੂੰ ਵੇਖਿਆ ਨਾ ਮੈਨੂੰ ਪਹਿਲੇ ਹੀ ਪਤਾ ਸੀ ਮੈਂ ਤੈਨੂੰ ਬਾਂਦਰੀ ਕਦੀ ਕਿਹਾ ਫਿਰ ਮੈਨੂੰ ਗੱਲ ਪਾਤੀ ਉਹ ਮੈਨੂੰ ਫਿਰ ਤਰੀਕ ਤੂੰ ਮੈਨੂੰ ਅੱਛੇ ਲਫ਼ਜ਼ਾਂ ਨਾਲ ਗਿਆ ਬਈ ਮੈਨੂੰ ਇਹ ਤੂੰ ਬੀਵੀ ਨਹੀਂ ਲੱਗਦੀ ਮੈਨੂੰ ਗੱਲ ਵਾਲੀ ਬੁਲਾ ਦਿੱਤੀ ਤੁਸੀਂ ਅੱਛਾ ਮੈਂ ਤੈਨੂੰ ਦੱਸਣਾ ਨੂੰ ਮੈਂ ਤੈਨੂੰ ਯਾਦ ਦਿਨਾ ਤੁਸੀਂ ਖੋੜੇ ਖੋਤੇ ਮੈਂ ਕਿਹਾ ਨਾ ਤੇਰੀ ਵਜ੍ਹਾ ਤੋਂ ਮੈਂ ਵੀ ਪੁੱਠਾ ਸਿੱਧਾ ਹੋ ਜਾ ਖੋੜਿਆਂ ਵਾਂਗੂ ਤੁਸੀਂ ਸਾਡੇ ਐਸੇ ਕੰਮ ਕਰਦੇ ਹੋ ਲੋਗੇ ਕੀ ਸੀ ਹਾਂ ਤੁਸੀਂ ਸਾਰਾ ਦਿਨ ਖੋਤੇਆਂ ਘੋੜਿਆਂ ਤਰ੍ਹਾਂ ਮੇਰੇ ਕੀ ਸੀ ਮੈਂ ਵੇਖਿਆ ਨਾ ਪੁੱਲ ਨਹੀਂ ਨ ਪਿਆਰ ਦੀਆਂ ਗੱਲਾਂ ਕੋੜਿਆਂ ਵਾਂਗ ਤੁਸੀਂ ਕੰਮ ਤੁਸੀਂ ਸਾਰਾ ਦਿਨ ਸਾਡੇ ਵਾਸਤੇ ਖੋਤਿਆਂ ਘੋੜਿਆਂ ਵਾਂਗੂ ਕੰਮ ਕਰਦੇ ਹੋ ਖੋਤਾਂ ਨਹੀਂ ਸੀ ਪਹਿਲਾਂ ਘੋੜਾ ਹੀ ਸੀਗਾ ਘੋੜੇ ਹੀ ਘਰ ਕੱਲਾ ਅੱਛਾ ਹਾਂ ਤੁਸੀਂ ਸਾਰਾ ਦਿਨ ਸਾਡੇ ਲਈ ਘੋੜਿਆਂ ਤਰ੍ਹਾਂ ਕੰਮ ਕਰਦੇ ਹੋ ਨਸਪੱਜ ਕਰਦੇ ਹੋ ਸਾਡੇ ਲਈ ਪੈਸੇ ਕਮਾਉਂਦੇ ਹੋ ਸਾਡੀ ਜ਼ਰੂਰੀਆਂ ਦਾ ਖਿਆਲ ਰੱਖਦੇ ਹੋ ਸਾਨੂੰ ਵੀ ਚਾਹੀਦਾ ਨਾ ਇਸ ਗੱਲ ਦਾ ਕਿ ਕਿਹੜੀ ਗੱਲ ਹੈ ਬੰਦੇ ਨੂੰ ਵੀ ਆਪਣੀ ਛੁੱਟੀ ਚਾਹੀਦੀ ਹੁੰਦੀ ਹੈ ਕੋਈ ਇੱਕ ਦੋ ਦਿਨ ਲਈ ਇੰਜੋਏ ਕਰੋ ਉਹ ਜਾ ਸਕਦਾ ਬੰਦਾ ਵੀ ਉਹਨੂੰ ਵੀ ਹੱਕ ਹੈ ਕਿ ਉਹ ਕੁਝ ਥੋੜਾ ਜਿਹਾ ਆਪਣਾ ਜ਼ੇਨ ਫਰੈਸ਼ ਕਰੇ ਮਾਈਂਡ ਫਰੈਸ਼ ਕਰੇ ਕਿਤੇ ਦੋਸਤਾਂ ਨਾਲ ਇਧਰ ਉਧਰ ਐ ਕਿਹੜੀ ਗੱਲ ਕਰ ਰਹੇ ਹੋ ਸ਼ੇਰੀ ਜੀ ਤੁਸੀਂ ਮੈਨੂੰ ਦੱਸੋ ਤੇ ਸਹੀ ਤੁਹਾਡਾ ਦਿਲ ਕਰ ਰਿਹਾ ਲੋਰ ਜਾਂਦੇ ਮੈਂ ਹੁਣੇ ਆਪਣੀ ਜਾਨ ਦਾ ਬੈਗਪੈਕ ਕਰਨੀ ਤੁਸੀਂ ਤਿਆਰੀ ਕਰੋ ਜ਼ਿੰਦਗੀ ਮੇਰਾ ਤੇਰੇ ਬਗੈਰ ਜਾਨ ਨੂੰ ਦਿਲ ਨਹੀਂ ਕਰਦਾ ਮੈਂ ਉਦਾਸ ਹੋ ਜਾਵਾਂਗਾ ਹਰ ਕੋਈ ਗੱਲ ਨਹੀਂ ਨਾ ਚਲੋ ਇੱਕ ਦੋ ਦਿਨ ਕੋਈ ਗੱਲ ਨਹੀਂ ਤੁਸੀਂ ਇਹ ਸਮਝਣਾ ਮੈਂ ਅੰਮੀ ਦੇ ਘਰ ਗਈ ਆਂ ਯਾਨ ਵੀ ਹਲਾ ਮੈਰਾ ਨਾ ਪਤਾ ਮੈਰਾ ਮੈਂ ਤੈਨੂੰ ਬਹੁਤ ਮਿਸ ਕਰਾਂਗਾ ਮੇਰਾ ਦਿਲ ਨਹੀਂ ਮੰਨਦਾ ਸ਼ੇਰੀ ਮੈਂ ਕੱਲਿਆਂ ਜਾਵਾਂ ਮੇਰੀ ਗੱਲ ਸੁਣੋ ਨਾ ਤੁਸੀਂ ਚਲੇ ਜੋ ਮੈਂ ਹਰ 2 ਮਿੰਟ ਬਾਅਦ ਤੁਹਾਨੂੰ ਫੋਨ ਤੇ ਵੀਡੀਓ ਗੱਲ ਕਰਿਆ ਕਰ 2 ਮਿੰਟ ਬਾਹਾਨਾ ਨਾ ਕਰੀ ਮੈਂ ਫਿਰ ਮਤਲਬ 2 ਘੰਟੇ ਬਾਅਦ ਗੱਲ ਲਿਆ ਕਰ ਦੋ ਮਿੰਟ ਬਾਅਦ ਸੇ ਦੋਸਤ ਆਣਗੇ ਤੇਰੀ بیوی ਦਾ ਮਿੰਟ ਮਿੰਟ ਵਾ ਫੋਨ ਆਈ ਚਲੋ ਦੱਸ 2 ਮਿੰਟ ਬਾਅਦ 10 ਮਿੰਟ ਬਾਅਦ ਕਰ ਲਿਆ ਕਰ ਮੈਂ ਹਰ 10 ਮਿੰਟ ਬਾਅਦ ਫੋਨ ਕਰਕੇ ਨਾ ਨਾ ਤੁਹਾਨੂੰ ਮੈਂ ਤੁਹਾਨੂੰ ਆਪਣੀ ਸ਼ਰਤ ਲਖਾਉਂਦੀ ਰਹੀ ਆਂਗੀ ਮੈਨੂੰ ਪਤਾ ਹੈ ਤੁਸੀਂ ਮੇਰੇ ਤੋਂ ਉਦਾਸ ਹੋ ਜਾਂਦੇ ਹੋ ਨਾ ਨਾਜ਼ਦੀ ਨਹੀਂ ਹੋਣਗੀ ਬਈ ਇਹ ਕਿਹੜੀ ਗੱਲ ਤੈਨੂੰ ਗੁੱਸਾ ਤੇ ਨਹੀਂ ਆਉਂਦਾ ਕਸਮ ਨੂੰ ਸਹੀ ਸਹੀ ਦਿਲੋਂ ਘੈਰੀ ਮੈਂ ਜਾਉਂਦੀ ਲੋ ਘੈਰੀ ਆ ਮੈਂ ਹੁਣੇ ਆਪਣੀ ਜਾਨ ਦੀ ਪੈਕਿੰਗ ਕਰਨੀ ਆ ਕਿਹੜੀ ਗੱਲ ਕਰ ਰਹੇ ਹੋ ਤੁਸੀਂ ਤੈਨੂੰ ਘੈਰੀ ਪੈਕਿੰਗ ਤੈਨੂੰ ਕਹਿ ਰਹੀ ਆ ਮ ਮੇਰਾ ਦਿਲ ਨਹੀਂ ਹੁਾਲੀ ਵੀ ਮੰਨਦਾ ਪਰ ਤੂੰ ਕਹਿ ਦੇ ਨਹੀਂ ਤੇ ਮੈਂ ਕਸਮੇ ਨਹੀਂ ਜਾਣਾ ਮੈਂ ਦੋਸਤਾਂ ਨੂੰ ਕੀ ਸਮਝਾਂਦਾ ਮੇਰੇ ਨਾਲ ਲੋਕ ਮੈਨੂੰ ਕੋਈ ਚੀਜ਼ ਮੈਂ ਉਹਨਾਂ ਨੂੰ ਕਿਹਾ ਆਪਣੀ ਆਪਣੀ ਬੇਗਮ ਨੂੰ ਤਿਆਰ ਕਰ ਲੋ ਉਹ ਕਹਿੰਦੇ ਨੇ ਹੋਰ ਬੇਗਮ ਨੂੰ ਨਾਲ ਤਿਆਰ ਕਰਨ ਮੈਂ ਕਹਿੰਦਾ ਮੈਂ ਆਪਣੀ ਬੇਗਮ ਬਗਾਰ ਨਹੀਂ ਰਹਾਂਦਾ ਉਹ ਕਹਿੰਦੇ ਦੋ ਦਿਨਾਂ ਸੇ ਜਾਣਾ ਵਾ ਇਹੀ ਮੈਂ ਗੱਲ ਕਰ ਰਹੀ ਹਾਂ ਕਿ ਜਦੋਂ ਉਹ ਨਹੀਂ ਬੇਗਮਾਂ ਲੈ ਕੇ ਜਾ ਰਹੇ ਤੇ ਤੁਸੀਂ ਕਿੱਥੇ ਲੈ ਕੇ ਜਾਣੀ ਬੇਗਮ ਅੱਛਾ ਨਹੀਂ ਲੱਗਦਾ ਨਾ ਬੰਦੇ ਬੰਦੇ ਸਾਰੇ ਉੱਥੇ ਹੋਣਗੇ ਮੈਂ ਉੱਥੇ ਕਲੀ ਕੀ ਕਰਾਂਗੀ ਜਦੋਂ ਕਹਿ ਰਹੀ ਹਾਂ ਹਾਂ ਅੱਛਾ ਮੈਂ ਹੁਣੇ ਪੈਕਿੰਗ ਕਰਨੀ ਹੈ ਅੱਛਾ ਮਨ ਪਸਾ ਕਰ ਇੱਕ ਮੇਰੇ ਬਲੂ ਸ਼ਰਟ ਰੱਖੀ ਮੈਨੂੰ ਬੜੀ ਏ ਚੀ ਲੱਗਦੀ ਹੈ اچھا ਤੇ ਉਹਦੇ ਨਾਲ ਨਾ ਬਲੈਕ ਪੈਂਟ ਰੱਖ ਦੇ ਠੀਕ ਹੈ ਠੀਕ ਹੈ ਤੇ ਗੱਲ ਤੇ ਸੋਨ ਨਾ ਕੋਈ ਭੁਜੇ ਕਿੱਥੇ ਆ ਰਹੀ ਹੈ ਜੀਹਾਂ ਨੂੰ ਸੁਣ ਲੈਣਾ ਨਾ ਤੇ ਉਹ ਇੱਕ ਬਰਾਊਨ ਟੀ-ਸ਼ਰਟ ਰੱਖ ਦੇ ਠੀਕ ਹੈ ਠੀਕ ਹੈ ਤੇ ਨਾ ਜੀਨ ਦੀ ਪੈਂਟ ਰੱਖ ਦੇ ਠੀਕ ਹੈ ਤੇ ਇੱਕ ਨੋ ਲਾਈਨ ਵਾਲੀ ਨਹੀਂ ਜਿਹੜੀ ਬੜੀ ਮੈਨੂੰ ਖੂਬਸੂਰਤ ਲੱਗਦੀ ਬਾਜ਼ੂ ਵਾਲੀ ਲੈਟਰ ਨੀਲੀਆਂ ਲੈਣਾ ਹਾਂ 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 ਜੀ ਉਹ ਰੱਖ ਦੇ ਉਹ ਦਿਨ ਉਹ ਜੀਨ ਦੀ ਪੈਂਟੀ ਪਾ ਲਾਂਗਾ ਮੈਂ ਠੀਕ ਹੈ ਠੀਕ ਹੈ ਤੇ ਬਰਸ਼ ਰੱਖ ਦੇ ਟਾਵਲ ਰੱਖ ਦੇ ਵੀ ਬਨੇਯਨ ਅੰਡਰਵੀਅਰ ਬਾਕੀ ਮੈਨੂੰ ਪਤਾ ਬਾਕੀ ਹੁਣ ਸਾਰਾ ਪਤਾ ਵੇਖ ਲਈ ਹੁਣ ਇਹ ਚੀਜ਼ਾਂ ਰੱਖਣੀਆਂ ਬੜੀ ਇਤਿਆਤ ਨਾਲ ਟੈਨਸ਼ਨ ਨਾ ਲਵੋ ਤੁਸੀਂ ਮੈਂ ਤੁਹਾਡਾ ਬੈਗ ਨੂੰ ਕਰ ਮੈਂ ਤਿਆਰ ਹੁੰਨਾ ਵਾ ਟੈਨਸ਼ਨ ਕਿਉਂ ਲੈ ਰਹੀ ਹੋ ਤੁਸੀਂ ਬਲਡ ਅ ਪਰਮ ਹਾ ਲੈ ਮੈਚ ਹਾਲੋ ਹਾਂ ਨਵੀਲ ਓਏ ਯਾਰ ਕਸਮੇ ਉਹ ਤੇਰੇ ਵਾਲਾ ਫਾਰਮੂਲਾ ਇੰਜ ਕੰਮ ਕੀਤਾ ਈ ਕਸਮੇ ਮੈਂ ਤੈਨੂੰ ਦੱਸ ਹੀ ਨਹੀਂ ਸਕਦਾ ਓਏ ਯਾਰ ਮੈਂ ਉਂਜੀ ਜਿੰਦ ਜੂਗਿਆ ਸੀਗਾ ਨੀਂਦ ਜਿਮੈਂ ਫਿਰ ਬੋਲੇ ਆ ਫਿਰ ਗੱਲਾਂ ਕੀਤੀਆਂ ਨੇ ਮੇਰੀ بیوی ਨੇ ਇੰਜ ਜਕੀਨ ਕੀਤਾ ਕਸਮੇ ਉਹਨੇ ਢੀ ਮੁਹੱਬਤ ਨਾਲ ਮੈਨੂੰ ਕਿਹਾ ਓਕੇ ਤੁਸੀਂ ਜਾਓ ਨਹੀਂ ਤਾਂ ਮੈਂ ਕਿਧਰੋਂ ਬਾਹਰ ਜਾਣ ਦੀ ਗੱਲ ਕਰਾਂ ਆਪਣੇ ਅੰਮੀ ਨਾਲ ਜਾਣ ਦੀ ਅੱਪੂ ਨਾਲ ਗੱਲ ਕਰਾਂ ਤੇ ਗੱਲ ਪੈ ਜਾਂਦੀ ਓ ਚੁੜੇਲਾਵਾਂ ਨਾਲ ਲੜ ਪੈਂਦੀ ਊ ਉਹਨੇ ਇੰਜ ਮੰਨੀ ਓ ਕਸਮੇ ਉਤਾਣੀ ਲਗਾਉਨੇ ਕੇ ਤੁਸੀਂ ਜਾਓ ਮੇਰੀ ਜਾਨ ਹੋ ਮੇਰੀ ਜ਼ਿੰਦਗੀ ਹੋ ਮੈਂ ਕਿਹਾ ਅੱਛਾ ਮੈਂ ਕਿਹਾ ਬੁੜੀ ਗੱਲ ਆ ਨਹੀਂ ਤੇ ਕਸਮ ਹੈ ਤੇ ਸਿਆਪੇ ਪੈ ਜਾਂਦੇ ਘਰ ਚ ਰੋਣਾ ਧੋਣਾ ਪੈਣ ਲੱਗਦਾ ਫੋਟੋ ਹੀ ਅਲਾ ਘਰ ਤੁਸੀਂ ਤਿਆਰੀ ਕਰੋ ਉਹਨੇ ਮੇਰੀ ਮਰਜ਼ੀ ਦੇ ਕਪੜੇ ਕੂੜੇ ਬੈਗ ਕਰਕੇ ਸਾਰਾ ਕੁਝ ਰੱਖ ਦਿੱਤਾ ਲੈ ਕੇ ਆਂਦੀ ਹੁਣੀ ਮੈਂ ਅੱਧੇ ਘੰਟੇ ਤੁਹਾਡੇ ਕੋਲ ਆ ਓਕੇ ਅੱਲਾ ਸੇਸ ਅੱਲਾ ਫਿਰ ਠੀਕ ਆਨੇ ਐ ਕਿੱਥੇ ਜਾਣਾ ਚਾਹ। ਅੱਛੇ ਹੋ ਨਾ ਮੇਰੇ ਸੋਣੀਓ ਮੇਰੇ ਪਾਰੇਓ ਮੇਰੇ ਮੱਖਣੇਓ ਮੇਰੇ ਗੁੱਗੜੇਓ ਮੇਰੇ ਗਿੱਗਲੇਓ ਮੇਰੇ ਬਿਬਲੇਓ ਆ ਜੀਆ ਮੇਰੀ ਸ਼ਹਜ਼ਾਦੀ ਐ ਐ ਹੋਈ ਤਾ ਬਣ ਗਿਆ ਤੁਹਾਡਾ ਭੈ ਕੀ ਮਤਲਬ ਰੈਡੀ ਥੈਂਕ ਯੂ ਮੈਂ ਮੂਡ ਪਾ ਗਿਆ ਮੈਂ ਹਾਂ ਤੇ ਬਸ ਤੂੰ ਮੈਨੂੰ ਜਿਆਦਾ ਕੱਪਲਾ ਦੇ ਬਸ ਮੈਂ ਨਿਕਲਾ ਕਿੱਥੇ ਜਾਣਾ ਜਿੰਦਗੀ ਉਹਨੇ ਤੇ ਤੂੰ ਨੁ ਗਿਆ ਤੂੰ ਕਿਹਾ ਮੈਂ ਤਿਆਰ ਕਰਨਾ ਲੋਹਰ ਜਾਣਾ ਉਹਨੇ ਕਿਹਾ ਹੈ ਲੋਹਰ ਤਾਂ ਡਾਕੀ ਕੰਮ ਹੈ ਕਿ ਕਿੰਨੇ ਤੁਸੀਂ ਗੱਲ ਬੰਨਿੰਦਰ ਦੇ ਵਿੱਚ ਸੀ ਕਿਹਨੇ ਕਿਹਾ ਸੀ ਕਿ ਲੋਹਰ ਜਾਣਾ ਕੀ ਕਰਨ ਜਾਣਾ ਲੋਹਰ ਲੋਹਰ ਕਿਹੜੀ ਫੁੱਫੀ ਬੈਠੀ ਹੈ ਤੁਹਾਡੀ ਜਿੱਥੇ ਜਿਹਨੂੰ ਮਿਲਣ ਜਾਣਾ ਤੁਸੀਂ ਕੀ ਲੋਹਰ ਉਹਨੇ ਤੇ ਤੁਸੀਂ ਕੁਝ ਹੋਰ ਕਿਹਾ ਰਸੋ ਨੂੰ ਕੀ ਹੋਇਆ ਕੀ ਕਹਿ ਰਹੀ ਸਾਂ ਤੂੰ ਨੇ ਕਿਹਾ ਮੈਂ ਤੁਹਾਡੀਆਂ ਚੀਜ਼ਾਂ ਕਰਨੀਆਂ ਤੁਸੀਂ ਮੇਰੇ ਵਾਸਤੇ ਗੋੜੇ ਆਰ ਕੰਮ ਕਰਦੇ ਹੋ ਐ ਕਰਦੇ ਜੋ ਤੁਹਾਡਾ ਦਿਲ ਕਰ ਆਂਦਾ ਤੇ ਤੁਸੀਂ ਚੱਲ ਜਾਓ ਤੇ ਤੁਸੀਂ ਹੁਣ ਹੁਣ ਤੈਨੂੰ ਕੀ ਹੋਇਆ ਮੈਨੂੰ ਕੁਝ ਵੀ ਨਹੀਂ ਹੋਇਆ ਮੈਨੂੰ ਕੀ ਹੋਣਾ ਮੈਨੂੰ ਤੇ ਕੁਝ ਵੀ ਨਹੀਂ ਹੋਇਆ ਤਵਿਹਰ ਅਗੁੱਜੀ ਮੈਨੂੰ ਤੁਹਾਨੂੰ ਕੁਛ ਹੋਣ ਦੇਣਾ ਹੈ ਖੁਸ਼ੀ ਖੁਸ਼ੀ ਭੇਜਣਾ ਮੈਨੂੰ ਫਿਰ ਜਿੱਥੇ ਭੇਜਦੇ ਆ ਮੈਂ ਜਹਨਮ ਚ ਤੁਹਾਨੂੰ ਖੁਸ਼ੀ ਖੁਸ਼ੀ ਨਹੀਂ ਭੇਜ ਸਕਦੀ ਮੈਂ ਜਹਨਮ ਵਿੱਚ ਕਦੋਂ ਜਾ ਰਹੀ ਆ ਮੈਂ ਲਾਹੌਰ ਜਾ ਰਹੀ ਆ ਤੁਸੀਂ ਜਹਨਮ ਚ ਹੀ ਜਾ ਰਹੇ ਹੋ ਤੁਹਾਨੂੰ ਪਤਾ ਐਸ ਗੱਲ ਦਾ ਹੁਣ ਏਡਿਕ ਚੀਜ਼ੀਆਂ ਲੈ ਕੇ ਗੱਲ ਕਰਨ ਦੀ ਕੀ ਲੋੜ ਐਡੇ ਪਿਆਰ ਨਾਲ ਤੇ ਕੀ ਆਰੀ ਹੋ ਰਹੀ ਹੈ ਕੱਪੜੇ ਕਿਹੜੇ ਰੱਖਣੇ ਸੀ ਉਹ ਬਲੂ ਸ਼ਟਰ ਹਨੀ ਸੀ ਹਾਂ ਨਾਲ ਬਰਾਊਨ ਰੱਖਣੀ ਸੀ ਨਾਲ ਉਹ ਲਾਈਨਾਂ ਵਾਲੀ ਲੰਮੀ ਜਿਹੜੀ ਨਾ ਐ ਐ ਲਾਈਨਾਂ ਵਾਲੀ ਮੇਰੇ ਐ ਸ਼ਰਟ ਹਨਾ ਐ ਸ਼ਰਟਨ ਇਹ ਕਿਉਂ ਲੈ ਕੇ ਜਾ ਰਹੀ ਹੈ ਮੈਨੂੰ ਸੋ ਨਹੀਂ ਲੱਗਦੀ ਹਨਾ ਹਨਾ ਹੈਂਡਸਮ ਹੈਂਡਸਮ ਲੱਗਦੇ ਹੋ ਨਾ ਤੁਹਾਨੂੰ ਹਾਂ ਹਾਂ ਬਲੈਕ ਬੈਂਡ ਦੇ ਨਾਲ ਉੱਪਰ ਹਨਾ ਐ ਵਾਲੀ ਸ਼ਰਟ ਬਹੁਤ ਸੋਹਣੀ ਲੱਗਦੀ ਤੁਹਾਨੂੰ ਨਹੀਂ ਤੂੰ ਆਪਣੀ ਸ਼ਰਟ ਪਾ ਕੇ ਫਿਰੋਗੇ ਉੱਥੇ ਤੁਸੀਂ ਕੁੜੀਆਂ ਵੇਖੋਗੇ ਇੱਧਰ ਉੱਧਰ ਐ ਵਾਲੀ ਸ਼ਰਟ ਤੇ ਨਾ ਐ ਵਾਲੀ ਹੈ ਨਾ ਇਹ ਮੇਰਾ ਇਹ ਮੇਰਾ ਘਰ ਇਹ ਕਿਹੜਾ ਖਿਆਲ ਕਰੀ ਧੋਵੀ ਕੋ ਤੁਹਾਨੀ ਆਪ ਤੇ ਧੋਦੀ ਵੀ ਨਹੀਂ ਧੋਵੀ ਧੋ ਕੇ ਦੇ ਕੇ ਜਾਂਦਾ ਇਹਨੇ ਪਹਿਲੇ ਐ ਸ਼ਰਟ ਤੇ ਨਾ ਅਨ੍ਹਾ ਜਿਹਾ ਕਨੇਕ ਕਦੇ ਛੁੱਟ ਉਹ ਯਾਰ ਤੇਰਾ ਤਾਂ ਆਪ ਇਹੀ ਹੋ ਗਿਆ ਤੈਨੂੰ ਪਾਗਲ ਪੈਕਿੰਗ ਕੀਤੀ ਹੋਈ ਹੈ ਫਿਰ ਦੁਬਾਰਾ ਤੈਨੂੰ ਕਰਨੀ ਪੈਣੀ ਕਦ ਪੈਕਿੰਗ ਕੀਤੀ ਹੋਈ ਘਰ ਛੱਡ ਕੇ ਜਾ ਰਹੇ ਹੋ ਤੁਸੀਂ ਤੂੰ ਮੈਨੂੰ 10-10 ਮਿੰਟ ਬਾਅਦ ਫੋਨ ਕਰ ਲੈ ਨਾ ਕਿੱਥੇ ਮੈਂ 1 ਮਿੰਟ ਵੀ ਤੈਨੂੰ ਇਥੋਂ ਹਿਲਾ ਨਹੀਂ ਦੇਣਾ ਇਸ ਜ਼ੇਨ 'ਚ ਰੱਖੀ ਮੇਰੀ ਗੱਲ ਕਿ ਜੀਜੀਆਂ ਨਾਲ ਲਿਆਗਾ ਮੈਂ ਤੈਨੂੰ ਕਿੰਨੀ ਵਾਰੀ ਗਿਆ ਮੈਂ ਸਿਰਫ ਕਿ ਚੀਚੀਆਂ ਨਹੀਂ ਮੇਰਾ ਦਿਲ ਕਰ ਰਿਹਾ ਕਿ ਮੈਂ ਕਿਤੇ ਕੋ ਐਕਸ਼ਨ ਲੈ ਲਵਾਂ ਬਸ ਮੈਨੂੰ ਅਸਲ ਮੈਜ ਲੱਗਦਾ ਵਾ ਕਿ ਮੇਰੇ ਉੱਤੇ ਕਿਸੇ ਚੜੇਲ ਨੇ ਹਮਲਾ ਕਰਤਾ ਹੈ ਕਿਹੜੀ ਚੜੇਲ ਨਾਲ ਇਹ ਧਾਰ ਮੈਨੂੰ ਪੈਣੀ ਹੈ ਇਹ ਚੜੇਲ ਥੱਤੀ ਸਾਨੂੰ ਚਮੜੀ ਹੈ ਇਸ ਚ ਜਾਣਾ ਕਿਥੇ ਮਰਨ ਤੱਕ ਵੀ ਨਹੀਂ ਛੱਡਣੀ ਕਦੀ ਵੀ ਨਹੀਂ ਕਵਰ ਦੀਆਂ ਕੰਧਾਂ ਤੱਕ ਨਹੀਂ ਛੱਡਣੀ ਤੁਹਾਡੀ ਜਾਨ ਤੇ ਜੇ ਤੂੰ ਪਹਿਲੇ ਮਰ ਗਈ ਫੇਰ ਕੌਣ ਤੇ ਤੁਹਾਡੀ ਨਾਲ ਦੀ ਕਵਰ ਦੀ ਜਗ੍ਹਾ ਮਰੇ ਖਾ ਕੇ ਜਾਵਾਂਗੀ ਇੱਥੇ ਤੁਸੀਂ ਆਣਾ ਹੈ ਅੱਛਾ ਚਲੋ ਖੁਸ਼ੀ ਖੁਸ਼ੀ ਬੈਠੀ ਜਾਉਂਦਾ ਵਾ ਕਿੱਥੇ ਭੇਜਣਾ ਹੁਣ ਤੈਨੂੰ ਤਕਲੀਫ ਕੀ ਹੋਈ ਹੈ ਮੈਨੂੰ ਦਾ ਜਾਣਾ ਕਿਥੇ ਹੈ ਤੁਸੀਂ ਹੋਰ ਜਾਣਾ ਵਾ ਤੈਨੂੰ ਪਤਾ ਤੇ ਆ ਮੈਂ ਹੋਰ ਕੀ ਕਰਨ ਜਾਣਾ ਹੈ ਇੱਥੇ ਦਫ਼ਤਰ ਕਿਨੇ ਜਾਣਾ ਵੇ ਵੇਹੇ ਕਿਨੇ ਕਮਾਣੇ ਦੇ ਇਹ ਖੋਤੇਆਂ ਘੋੜਿਆਂ ਤਰ੍ਹਾਂ ਕੰਮ ਕਿਨੇ ਕਰਨਾ ਹੈ ਖੋਤਾ ਘੜ ਘੋੜਾ ਰਾਕ ਹਾਂ ਚਲੋ ਇੱਕ ਸਿੱਖਿਆ ਸੀ ਤੂੰ ਕਿਹਾ ਤੇ ਘੋੜਿਆਂ ਵਾਂਗੂ ਕੰਮ ਕਰ ਹਾਂ ਘੋੜਿਆਂ ਵਾਂਗੂ ਇਹ ਘੋੜਿਆਂ ਵਾਂਗੂ ਕੰਮ ਕੌਣ ਕਰੇਗਾ ਫਿਰ ਜੇ ਤੁਸੀਂ ਉੱਥੇ ਚਲੇ ਗਏ ਯਾਰ ਦੋ ਦਿਨ ਦੀ ਗੱਲ ਮੈਂ ਆ ਜਾਣਾ ਵਾਂ ਹੁਣ ਐਡੀ ਖੁਸ਼ੀ ਨਾ ਮੈਂ ਬੱਚਿਆਂ ਨੂੰ ਸਕੂਲ ਕੌਣ ਛੱਡਣ ਜਾਏਗਾ ਪਿੱਛੋਂ ਹਾਂ ਘਰ ਦੇ ਕੰਮ ਕੌਣ ਕਰੇਗਾ ਭਾਂਡੇ ਕੱਪੜੇ ਕੌਣ ਧੋਏਗਾ ਗੋਡ ਕੌਣ ਮੇਰੀ ਗੱਲ ਕਿੱਥੇ ਜਾਣਾ ਹਾਂ ਕਿੱਥੇ ਕੋਈ ਜ਼ਰੂਰਤ ਨਹੀਂ ਕਿਤੇ ਜਾਣ ਦੀ ਨੋਰ ਨੋਰ ਤਨ ਮੈਂ ਨਾ ਮੰਨੀ ਅਜੇ ਤੂੰ ਮੰਨੀ ਸੈਂ ਮੈਂ ਮੈਂ ਮੁਕਰ ਗਈ ਮੈਂ ਹੁਣੇ ਮੁਕਰ ਗਈ ਮੈਂ ਸਾਰੀ ਗੱਲ ਸੁਣ ਲਈਏ ਸੁਣ ਲਈਏ ਜੇਰੇ ਤੁਸੀਂ ਮੇਰੇ ਨਾਲ ਤਮਾਸ਼ਾ ਲਾ ਰਹੇ ਹੋ ਨਾ ਮੈਂ ਸੁਣ ਲਿਆ ਤੁਹਾਡਾ ਸਾਰਾ ਫੋਨ ਹਾਂ ਹਾਂ